ਨੇ ਕੈਬਨਿਟ ਤੇ ਮਤਾ ਪਾਸ ਕੀਤਾ ਸੀ ਉਹ ਸੰਧੀ ਤੋਂ ਕੁਝ ਸਮਾਂ ਪਹਿਲਾਂ ਕਿ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਪੜਾ ਦੇਣਾ ਹੈ ਹਰ ਮਾਂ ਹਰ ਪਿਓ ਹਰ ਬੱਚਾ ਹਰ ਨਾਗਰਿਕ ਤੱਕ ਵਿੱਦਿਆ ਲੈ ਕੇ ਜਾਣੀ ਹੈ 18 ਸਨੂੰਆਂ ਦੇ ਵਿੱਚ ਇਹਨਾਂ ਮੈਡੀਕਲ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਕਿਹਾ ਵੀ ਡੋਨਟ ਹੈਵ ਐਲੀਮੈਂਟਰੀ ਐਜੂਕੇਸ਼ਨ ਪ੍ਰੋਜੈਕਟ ਸਾਡੇ ਕੋਲ ਕੋਈ ਐਕਟ ਨਹੀਂ ਹੈਗਾ ਐਲੀਮੈਂਟਰੀ ਐਕ ਐਜੂਕੇਸ਼ਨ ਐਕਟ ਤੇ ਉਹ ਉਹ ਸ਼ੁਰੂ ਕਰ ਚੁੱਕੇ ਆ ਉੱਥੇ ਵੀ ਮਸਟ ਗੋ ਫॉर दैट ਤੀਸਰੀ ਗੱਲ ਕਿੰਦਾ ਮਹਾਰਾਜ ਇਹਦਾ ਦੂਜਾ ਪ੍ਰੋਜੈਕਟ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੈਲਫ ਡਿਫੈਂਸ ਵਿੱਚ ਇੰਨਾ ਮਜ਼ਬੂਤ ਕਰ ਦੇਣਾ ਹੈ ਉਹਨੇ ਮੈਟਕਲ ਨੂੰ ਦੱਸਿਆ ਕਿ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਕਿ ਹਰ ਪਿੰਡ ਕੋਲੇ ਅਸਲਾ ਹੋਊਗਾ ਹਰ ਪਿੰਡ ਵਿੱਚ ਫੌਜ ਹੋਊਗੀ ਤੇ ਉਹ ਵੌਲੰਟੀਅਰ ਫੌਜ ਹੋਊਗੀ ਪੇਡ ਨਹੀਂ ਹੋਊਗੀ ਉਹ ਆਪਣੇ ਪਿੰਡ ਦੀ ਇੱਜ਼ਤ ਦੀ ਪੱਤ ਦੀ ਰਾਖੀ ਕਰਨ ਦੇ ਅਧਿਕਾਰ ਉਹਦੇ ਕੋਲ ਹੋਣਗੇ ਤੇ ਉਹ ਮੇਰੇ ਅਧਿਕਾਰ ਨੂੰ ਵੀ ਮੋੜ ਸਕਦੇ ਨੇ ਜੇ ਇੱਕ ਦਿਨ ਮੈਂ ਗਲਤ ਕੰਮ ਕਰ ਰਿਹਾ ਹਾਂ ਤੇ ਮੈਟਕਲ ਕਹਿੰਦਾ ਵੌਂਡਰਫੁਲ ਦਾ ਪਬਲਿਕ ਵਿਦ ਸੱਚ ਹਾਈ ਕਮਾਂਡ ਦੇ ਕੈਨ ਚੈਲੰਜ ਦਾ ਕਿੰਗ they can protect themselves they have their own decision making body kenda we don't have such kind of structure in britain we must think of that kenda eh tin gallan ohne kayiyan te kenda sorry kenda you started this work in 1809 kenda our record speak that by 1830 entire punjab saryan vich enni vidya 100% de lagbhag 1830 da data dasda ke punjab vich har buzurg aurat maa baap naujawan bachcha pad chukia si te kenda ਸਾਡੀ ਬ੍ਰਿਟਿਸ਼ ਪਾਰਲੀਮੈਂਟ ਵਿੱਚ 1870 ਵਿੱਚ ਇਹ ਐਕਟ ਆਇਆ ਵਿਲੀਅਮ ਫੌਸਟਰ ਨੇ ਜਿਹਨੂੰ ਐਲੀਮੈਂਟਰੀ ਐਜੂਕੇਸ਼ਨ ਐਕਟ ਕਹਿੰਦੇ ਨੇ ਅਸੀਂ 1870 ਦੇ ਵਿੱਚ ਸੋਚਿਆ ਕਿ ਹੁਣ ਸਾਰੇ ਅੰਗਰੇਜ਼ ਜਿਹੜੇ ਬੱਚੇ ਆ ਉਹਨੂੰ ਪੜਾ ਲਈਏ ਕਿਉਂਕਿ ਪਹਿਲਾਂ ਅਸੀਂ ਕਲੋਨੀਆਂ ਬਣਾਉਣ ਦੇ ਲੱਗੇ ਸੀ ਆਪਣੀਆਂ ਦੱਬੀਏ ਲੋਕਾਂ ਨੂੰ ਜਾ ਕੇ ਆਪਾਂ ਕਹਿੰਦਾ ਤੁਸੀਂ 1830 'ਚ ਇਹ ਕੰਮ ਕਰ ਲਿਆ ਸੀ ਉਹ ਜਿਉਂ-ਜਿਉਂ ਗੱਲ ਸੁਣਾਈ ਜਾ ਰਹੀ ਇਸ ਵਿੱਚ ਰੋਂਗ ਤੇ ਖੜੇ ਹੋ ਰਹੀ ਸੀ ਮੈਨੂੰ ਨਹੀਂ ਸੀ ਪਤਾ ਇਹ ਸਾਰੀਆਂ ਗੱਲਾਂ ਦਾ ਮੈਂ ਆਪਣੇ ਆਪ ਨੂੰ ਸਮਝਦਾ ਸੀ ਮੈਂ ਬਹੁਤ ਪੜਦਾ ਪਰ ਮੈਨੂੰ ਇਹ ਕਿਤੇ ਕਿਤੇ ਮੈਨੂੰ ਪੜਨ ਨੂੰ ਨਹੀਂ ਸੀ ਮਿਲਿਆ ਫਿਰ ਕਹਿੰਦਾ ਅ ਪਹਿਲਾ ਕੰਮ ਅਸੀਂ ਕੀ ਕੀਤਾ ਕਹਿੰਦਾ ਅਸੀਂ ਕਿੰਗਸ ਕਾਲਜ ਲੰਡਨ ਦਾ ਇੱਕ ਪ੍ਰੋਫੈਸਰ ਜੀ ਡਬਲਿਊ ਲੈਟਨਰ ਉਹਨੂੰ ਇਸ ਇੰਡੀਆ ਕੰਪਨੀ ਨੇ ਅਪਰੋਚ ਕੀਤਾ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਨਾ ਹੈ ਵੀ ਨੀਡ ਯੂਰ ਹੈਲਪ ਉਹ ਬੰਦਾ ਸੀ ਡਾਕਟਰ ਲੈਟਨਰ ਜਿਹੜਾ ਪੰਜਾਬੀ ਭਾਸ਼ਾ ਵਿੱਚ ਪਾਣੀ ਵਾਂਗੂ ਬੋਲਦਾ ਸੀ ਆਪਾਂ ਨੂੰ ਚਾਰ ਤੋਂ ਵੱਧ ਨਹੀਂ ਆਉਂਦੀਆਂ ਹੋਈਆਂ ਆਮ ਤੌਰ ਤੇ ਤਿੰਨ ਹੀ ਆਉਂਦੀਆਂ ਹੁੰਦੀਆਂ ਜਿਹੜਾ ਪੰਜਾਬੀ ਭਾਸ਼ਾ ਵਿੱਚ ਪਾਣੀ ਵਾਂਗੂ ਬੋਲਦਾ ਸੀ ਉਹਨੂੰ ਪੁੱਛਿਆ ਇਸ ਇੰਡੀਆ ਕੰਪਨੀ ਨੇ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਖਤਮ ਕਰਨਾ ਹੈ ਕਿੰਨਾ ਸਮਾਂ ਲਏਗਾ ਕਿੰਨੇ ਪੈਸੇ ਲਏਗਾ ਕਹਿੰਦਾ ਮੈਨੂੰ ਜਾ ਉਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹਿਸਟਰੀ ਆਫ ਇੰਡੀਜਨਸ এডੂਕੇਸ਼ਨ ਸਿንስ ਅਨੈਕਸੇਸ਼ਨ ਐਂਡ ਇਨ 1882 ਦੱਸਦਾ ਕਹਿੰਦਾ ਐਡਾ ਸਟਰੋਂਗ এডੂਕੇਸ਼ਨ ਸਿਸਟਮ ਪੰਜਾਬ ਦੇ ਵਿੱਚ ਸਥਾਪਿਤ ਹਰ ਮੰਦਰ ਨਾਲ ਇੱਕ ਸਕੂਲ ਹੁੰਦਾ ਸੀ ਹਰ ਮਸਜਿਦ ਨਾਲ ਇੱਕ ਸਕੂਲ ਹੁੰਦਾ ਸੀ ਹਰ ਗੁਰਦੁਆਰੇ ਨਾਲ ਇੱਕ ਸਕੂਲ ਹੁੰਦਾ ਸੀ ਕਹਿੰਦਾ ਖਾਲਸਾ ਦਰਬਾਰ ਲਾਹੌਰ ਮੁਸਲਮਾਨਾਂ ਨੂੰ ਮਸਜਿਦ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਦੰਦਾ ਜੋਂ ਤੱਕ ਨਾਲ ਸਕੂਲ ਨਹੀਂ ਸੀ ਬਣਾ ਲੈਂਦੇ ਹਿੰਦੂਆਂ ਨੂੰ ਮੰਦਰ ਬਣਾਉਣ ਦੀ ਆਗਿਆ ਉਨ ਤੱਕ ਨਹੀਂ ਸੀ ਮਿਲਦੀ ਜੋਂ ਤੱਕ ਸਕੂਲ ਨਹੀਂ ਬਣਾ ਲੈਂਦੇ ਤੇ ਸਿੱਖਾਂ ਉਹ ਗੁਰਦੁਆਰੇ ਨਹੀਂ ਸੀ ਹੁੰਦੇ ਸਿੱਖਾਂ ਦੀ ਧਰਮਸ਼ਾਲਾ ਹੁੰਦੀ ਸੀ ਦਾ এডੂਕੇਸ਼ਨ ਸਿਸਟਮ ਕਹਿੰਦਾ ਸਰ ਥਿਸ ਇਸ ਨੋਟ ਸੋ ਸੋ ਇਜ਼ੀ ਟਾਸਕ ਕਹਿੰਦਾ 50 ਸਾਲ ਲੱਗਣਗੇ ਲੈਟਰਨ ਕਹਿੰਦਾ ਇਹਨੂੰ ਇਹਨੂੰ ਕੱਟਣ ਵਾਸਤੇ ਕਹਿੰਦਾ ਐਡਾ ਕਹਿੰਦਾ ਮੋਰ ਲ ਐਜੂਕੇਸ਼ਨ ਵਾਸ ਦਾ ਫਾਊਂਡੇਸ਼ਨ ਆਫ ਦਾ ਐਜੂਕੇਸ਼ਨ ਸਿਸਟਮ ਕਹਿੰਦਾ ਇੱਕ ਇੱਕ ਬੰਦਾ ਟੋਪ ਹੈ ਥੀਸ ਇੰਡੀਆ ਕੰਪਨੀ ਕਹਿੰਦੀ ਲੈਟਰਨ ਟੇਕ 50 ইয়ার্স ਵੀ ਹੈਵ ਟੂ ਟੋਟਲੀ ਕ੍ਰਿਪਲ ਦਾ ਐਜੂਕੇਸ਼ਨ ਸਿਸਟਮ ਆਫ ਪੰਜਾਬ ਇਹਦੇ Bina ਸਾਡੀ ਗੱਡੀ ਨਹੀਂ ਚੱਲਣੀ ਲੈਟਰਨ ਕਹਿੰਦਾ ਠੀਕ ਹੈ ਇਹ 50 ਸਾਲਾਂ ਲਈ ਮੰਨਦੇ ਹਾਂ ਤਾਂ ਮੈਂ ਰੈਡੀ ਹਾਂ ਕਿੰਗਸ ਕਾਲਜ ਲੰਡਨ ਦਾ ਉਹ ਪ੍ਰੋਫੈਸਰ ਸੀ ਮੈਂ ਉਸ ਕਾਲਜ ਵਿੱਚ ਜਾ ਕੇ ਉਹਦਾ ਉਹ ਕਮਰਾ ਦੇ ਇਥੇ ਕੁ ਬੈਠਾ ਸੀ ਉਹਨਾਂ ਪ੍ਰੋਫੈਸਰਾਂ ਨੂੰ ਮਿਲ ਕੇ ਆ ਉਹੀ ਗੋਰਾ ਮੈਨੂੰ ਉੱਥੇ ਲੈ ਕੇ ਗਿਆ ਤੇ ਉਹ ਉਹ ਜਦੋਂ ਇੱਥੇ ਉਤਰਿਆ ਤੇ ਉਹਦੀ ਕਿਤਾਬ ਹਿਸਟਰੀ ਆਫ ਇੰਡੀਜਨਸ এডੂਕੇਸ਼ਨ ਸਿንስ ਐਨੈਕਸੇਸ਼ਨ ਐਂਡ ਇਨ 1882 ਇਹ ਉਸ ਕਿਤਾਬ ਦਾ ਟਾਈਟਲ ਹੈ ਤੇ ਉਹਦੇ ਵਿੱਚ ਸਾਰੀ ਗਾਥਾ ਨੂੰ ਲਿਖਦਾ ਉਹਨੂੰ ਪਹਿਲਾਂ ਲਾਇਆ ਗਿਆ ਆਪਣੀ ਡਿਸਟ੍ਰਿਕਟ এডੂਕੇਸ਼ਨ ਅਫੀਸਰ ਹੁੰਦਾ ਨਾ ਉਦੋਂ ਪੋਜੀਸ਼ਨ ਸੀਗੀ ਇਨਸਪੈਕਟਰ ਜਨਰਲ ਸਕੂਲ ਡਿਸਟ੍ਰਿਕਟ ਇਨਸਪੈਕਟਰ ਜਨਰਲ ਸਕੂਲ ਉਹਨੂੰ ਅੰਮ੍ਰਿਤਸਰ ਦਾ ਡਿਸਟ੍ਰਿਕਟ ਇਨਸਪੈਕਟਰ ਜਨਰਲ ਸਕੂਲ ਲਾਇਆ ਗਿਆ ਫਿਰ ਇਹੀ ਬੰਦਾ ਗਵਰਨਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ ਇਹੀ ਬੰਦਾ ਯੂਨੀਵਰਸਿਟੀ ਆਫ ਲਾਹੌਰ ਦਾ ਫਾਊਂਡਰ ਬਣਿਆ ਇਹੀ ਬੰਦਾ ਬ੍ਰਿਟਿਸ਼ ਹਾਈ ਕਮਿਸ਼ਨ ਆਫ ਐਜੂਕੇਸ਼ਨ ਨੂੰ ਛੇਅਰ ਕਰਦਾ ਰਿਹਾ ਉਹਦੇ ਸਾਰੀ ਗਾਥਾ ਲਿਖਦਾ ਕਿ ਮੈਂ ਕਿਵੇਂ ਕੰਮ ਕੀਤਾ ਉਹ ਕਹਿੰਦਾ ਮੈਂ 50 ਸਾਲਾਂ ਲਈ ਆਇਆ ਸੀ ਪਰ ਮੈਂ 33 ਸਾਲਾਂ ਵਿੱਚ ਇਹ ਕੰਮ ਨੂੰ ਪੂਰੀਆਂ ਕਰ ਲਿਆ ਸਰਕਾਰ ਨੇ ਮੈਨੂੰ ਬਹੁਤ ਸਪੋਰਟ ਕੀਤੀ 1882 ਵਿੱਚ ਉਹ ਸੁਣਨ ਜਾਂ ਵਿੱਚ 1500 ਦੇ 1500 ਪੜੇ ਲਿਖੇ ਸੀ ਰਾਣੀ ਨੂੰ ਕਹਿੰਦਾ ਕਹਿੰਦਾ ਅੱਜ ਉਹਦੇ 1500 ਚੋਂ ਸਿਰਫ 11 ਬੰਦੇ ਪੜੇ ਲਿਖੇ ਨੇ ਖੁਸ਼ ਆ ਮੇਰੇ ਕੰਮ ਤੋਂ ਆਈ ਵਰਕ ਫਾਰ 33 ইয়ারਸ ਧੰਨਵਾਦ ਕਰਦਾ ਕਿ ਤੁਸੀਂ 858 ਚ ਮੇਰੀ ਬਹੁਤ ਮਦਦ ਕੀਤੀ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਪੰਜਾਬ ਦੇ ਘਰ-ਘਰ ਵਿੱਚੋਂ ਮੈਨੂੰ ਫੌਜ ਚਾਹੀਦੀ ਹੈ ਕਾਦੇ ਵਾਸਤੇ ਕਾਦੇ ਵਾਸਤੇ ਇੱਕ ਡਾਕੂਮੈਂਟ ਹੈ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਇੱਕ ਆਰਡਰ ਹੋਇਆ ਸੀ ਕਿ ਪੰਜਾਬੀਆਂ ਦੇ ਘਰਾਂ ਦੇ ਵਿੱਚ ਅਸਲਾ ਆ ਬੰਦੂਕਾਂ ਨੇ ਗੰਡਾਸੇ ਨੇ ਕਿਰਪਾਨਾਂ ਨੇ ਸਰਕਾਰ ਨੂੰ ਜਮ੍ਹਾਂ ਕਰਾ ਦਿਓ ਸਰਕਾਰ ਪ੍ਰਤੀ ਸ਼ਸਤਰ ਤਿੰਨ ਆਨੇ ਦਊਗੀ ਦੇヒਣਾ ਦੇ ਘਰਾਂ ਚ ਕੈਦੇ ਨੇ ప్రతి ਕੈਦਾ 6 ਅਨਾ ਦਊਗੀ ਜਮ੍ਹਾਂ ਕਰਾ ਦੂੰ ਕੈਦੇ ਦਾ ਮੁੱਲ 6 ਅਨਾ ਹੀ ਉਹਨੇ ਧੰਨਵਾਦ ਕੀਤਾ ਤੁਸੀਂ ਮੇਰੀ ਹੈਲਪ ਕੀਤੀ ਕਹਿੰਦਾ ਪੰਜਾਬ ਦੇ ਇੱਕ ਇੱਕ ਪਿੰਡ ਦਾ ਇੱਕ ਇੱਕ ਘਰ ਦੀ ਤਲਾਸ਼ੀ ਲੈ ਕੇ ਉਹ ਕੈਦੇ ਇਕੱਠੇ ਕੀਤੇ ਗਏ ਤੇ ਸਾਰ ਦੱਤੇ ਕਿ ਮੈਂ ਬੜੀ ਤੀਬਰਤਾ ਨਾਲ ਬੜੀ ਜਗਿਆਸਾ ਨਾਲ ਸੁਣ ਰਿਹਾ ਸੀ ਮੈਨੂੰ ਯਾਦ ਆ ਮੇਰੇ ਮੱਥੇ ਤੇ ਤਰੇੜੀਆਂ ਆ ਰਹੀਆਂ ਸਨ ਜਦੋਂ ਮੈਨੂੰ ਸਭ ਕੁਝ ਸੁਣਾ ਰਿਹਾ ਸੀ ਮੈਂ ਸਵਾਲ ਕੀਤਾ ਮੈਂ ਕਿਹਾ ਸਰ ਉਹਨਾਂ ਕੈਦੇਾਂ ਵਿੱਚ ਹੋ ਜਾ ਕੀ ਸੀ ਕਿ ਤੁਹਾਨੂੰ ਉਹਦਾ ਮੁੱਲ 6 ਅਨਾ ਹੀ ਰੱਖਣਾ ਪੈ ਗਿਆ ਕਹਿੰਦਾ ਡਾਕਟਰ ਸਿੰਘ ਦੋਸ ਪ੍ਰਾਈਮਰਸ ਵਾਰ ਬੇਸਡ ਔਨ ਜੀ ਗੁਰੂ ਗ੍ਰੰਥ ਸਾਹਿਬ though vocabulary was from shri guru granth sahib those primers were attaching each and every children whether in the muslim school six schools hindu school to guru granth sahib because guru granth sahib is a source of positivity oh keh dyanu saadiya tu gallan suna reha si main ke hor kenda jehda thoda oh system siga na thodi economy sigi oh anni strong sigi ਕਹਿੰਦਾ ਉਸ ਵੇਲੇ ਪੰਜਾਬ ਦੇ ਸਿੱਕੇ ਦੀ ਕੀਮਤ ਸਾਡੇ ਸਿੱਕੇ ਨਾਲੋਂ 12-13 ਗੁਣਾ ਵੱਧ ਸੀ ਇਸੇ ਕਰਕੇ ਯੂਰਪ ਦੇ ਲੋਕ ਤੁਹਾਡੇ ਉੱਤੇ ਜਾ ਕੇ ਨੌਕਰੀਆਂ ਕਰਦੇ ਸੀ ਤਰਦੇ ਸੀ ਕਿ ਖਾਲਸਾ ਦਰਬਾਰ ਵਿੱਚ ਸਾਨੂੰ ਨੌਕਰੀ ਮਿਲ ਜਾਵੇ ਇਹ ਕੀ ਸੀਗਾ ਵਾਟ ਵਾਚ ਥਿਸ ਐਡੀਟ ਸਾਡੀ ਸਟਰੋਂਗ ਇਕਨੋਮੀ ਐਡਾ ਸਾਡਾ ਜਬਰਦਸਤ ਢਾਂਚਾ ਤੇ ਪਿਆਰ ਵਾਲੀਓ ਆਪਣੀ ਵਿਰਾਸਤ ਦੇ ਉੱਤੇ ਮਾਣ ਕਰੀਏ ਅਸੀਂ ਇਹਨੂੰ ਮੁੜ ਸੁਰਜੀਤ ਕਰਨਾ ਹੈ